ਅਸਲਾਮ ਅਲੈਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਭਰਾ ਠੀਕ ਹੋਣਗੇ। ਅੱਛਾ, ਅੱਜ ਦਾ ਵਲੋਗ ਹੈਗਾ ਡੰਗਰਾਂ ਨੂੰ ਲੂਣ ਦੇਣਾ। ਡੰਗਰਾਂ ਨੂੰ ਨਾ ਵਾਈ ਵਾਧੀ ਹੋ ਜਾਂਦੀ ਆ, ਪੱਠੇ ਖਾ ਖਾ ਨਾ ਬੰਨ ਸੁਬੰਨੇ, ਕਦੀ ਸ਼ਟਾਲਾ ਖਾ ਲਿਆ, ਕਦੀ ਚੈਰੀ ਖਾ ਲਈ, ਕਦੀ ਗੰਨਿਆਂ ਦੇ ਜਿਹੜੇ ਆਗ ਹੁੰਦੇ ਉਹ ਖਾ ਲਏ, ਕਦੀ ਤੂੜੀ ਖਾ ਲਈ। ਡੰਗਰ ਨਾ ਹੁਣ ਚਾਰਾ ਖਾਣੋਂ ਹਟ ਗਏ ਆ ਅਤੇ ਦੁੱਧ ਵੀ ਨਹੀਂ ਦੇ ਰਹੇ ਅਤੇ ਮਿਲਦੇ ਹੀ ਨਹੀਂ ਆ। ਅਤੇ ਅੱਜ ਆਪਾਂ ਇਹਨਾਂ ਨੂੰ ਮਸਾਲਾ ਦੇਣਾ ਵਾ, ਅਤੇ ਆ ਜਾਓ ਚੱਲਦੇ ਹਾਂ ਆਪਣੇ ਵਲੋਗ। ਛੁਰੀ ਤੇਰੇ ਮਰ ਹਾਂਜੀ ਭਾਈ, ਹੁਣ ਇੱਕ ਨੂੰ ਦੇਖ ਲਿਆ, ਹੁਣ ਦੂਸਰੇ ਨੂੰ ਦੇਖ ਲੱਗੇ ਹਾਂ। ਵੇਨੇ ਆਹ ਕੀ ਕਰਦੀ ਹੈ, ਹੁਣ ਡਰਦੀ ਤਾਂ ਪਈ ਆ, ਵੇਖੋ ਵੇਖਦੇ ਹਾਂ ਕੀ ਕਰਦੀ ਹੈ। ਇਹਨੇ ਔਖਾ ਲੈਣਾ, ਮੈਨੂੰ ਸ਼ੱਕ ਪੈ ਰਿਹਾ ਇਹਦਾ। ਝੱਬੂ ਪਾਏ ਆ, ਮੂੰਹ ਹੀ ਨਹੀਂ ਅੜਦੀਆਂ ਇਹਨੂੰ। ਫਿਰ ਜੇ ਗੋਡੀਆਂ ਲਾ ਲਾ ਕਿਤੇ ਫੇਰ ਲੱਗ ਗਈ ਆ ਤੂੰ। ਮੈਂ ਕਰਨਾ ਚੰਗਾ ਹੀ ਸੋਚਾਂਗਾ। ਬਸ ਬਸ ਲਓ ਜੀ, ਉਹ ਕੀ ਸੁੱਖ ਮੁੱਠ ਵਾੜ ਹੀ ਦਿੱਤੀ ਮੂੰਹ ਜਿਹਦੀ, ਜਿੰਦੀ ਤਾਂ ਨਹੀਂ ਸੀ ਪਈ, ਦੋ ਕੁ ਮੁੱਠਾਂ ਹੋਰ ਵਾੜ ਲਈਆਂ। ਗਰਮੀ ਬੜੀ ਹੈ, ਮੈਂ ਵੀ ਭੇਜੀ ਹਾਂ। ਤਾਂ ਅੱਗੇ ਆ ਜਾ, ਬਸ ਬਸ
ਉਹਨਾਂ ਲਿਆ ਯਾਰ ਹਾਲੂਣ ਨਾ ਚਿੱਥ ਨਹੀਂ ਕਿਤੇ ਹੱਥ ਨਹੀਂ ਚਾਹੁੰਦਾ ਜੀ ਚਲੋ ਜੀ ਇਹਨੂੰ ਵੀ ਦਿੱਤਾ ਗਿਆ ਹੁਣ ਉਹ ਰਹਿ ਗਈ ਆ ਉਹਨੇ ਤਮਾਸ਼ਾ ਸਾਰਿਆਂ ਨੇ ਬਹੁਤਾ ਕਰਨਾ ਬਣਦੇ ਹਨ ਇੱਥੇ ਇਹਨੇ ਬੜਾ ਨੱਚਣਾ ਟੱਪਣਾ ਲੱਗਦਾ ਉੱਤੋਂ ਦੀ ਬੰਨਾ ਜੀ ਜਾਣੇ ਦੇ ਉੱਤੋਂ ਦੀ ਲੱਤਾਂ ਸੋੜ ਪਿਆਰ ਨਾ ਪਿਆਰ ਨਾ ਕਰ ਲਓ ਕਾਂਧੀ ਨਾ ਸੁੱਟਦੇ ਬਸ ਬਸ ਚਾਲੂ ਕਰਦੇ ਪਏ ਆ ਕੀ ਕਰਾਂ ਕੱਲਾ ਹੱਥ ਫੇਰਾਂ ਬਾਅਦ ਚ ਮੁੱਠ ਲਾਉਣ ਵਾਲੀ ਦੇਣਾ ਇਹਨਾਂ ਨੂੰ ਡਾਰੀ ਨਾ ਜਾਏ ਪਹਿਲੇ ਜੀ ਹਾਂ ਹਾਂ ਯਾਰ ਦੂਸਰੀ ਮੁੱਠ ਹੀ ਲਈਏ ਗਰਮੀ ਇੰਨੀ ਆ ਤੇ ਮੇਰੇ ਦੇ ਕੱਪੜੇ ਭਿੱਜ ਗਏ ਸਾਰੇ ਕੱਢੀ ਜਾ ਬਾਹਰ ਕੱਢੀ ਜਾ ਬਸ ਤਿਆਰ ਨਹੀਂ ਬੰਦਿਆਂ ਤਰ੍ਹਾਂ ਲੈ ਲਾ ਬੰਦਿਆਂ ਤਰ੍ਹਾਂ ਕਿਤੇ ਟੱਪਣ ਨੂੰ ਫਿਰਦੀ ਆ ਮੈਨੂੰ ਜਾਂਦੇ ਜਿਹੜੇ ਥਾਂ ਦੀ ਕੱਟੀ ਤਰ੍ਹਾਂ ਜਾ ਪਈ ਲੈ ਜਾਨ ਛੁੱਟਣੀ ਓਦਾਂ ਨਹੀਂ ਛੁੱਟਣੀ ਦੇਖ ਲਓ ਕਿੱਡਾ ਔਖਾ ਕੰਮ ਹੈ ਜੰਪ ਮਾਰਨ ਨੂੰ ਫਿਰਦੀ ਬੰਦੇ ਦੇ ਟੱਪਣ ਨੂੰ ਫਿਰਦੀ ਪਈ ਹੈ ਹਾਂ ਆ ਸਰ ਅਤੇ ਛਿੱਲਿਆ ਗਿਆ ਉੱਥੋਂ ਦੰਦੀਆਂ ਨਾ ਇਹਦੀਆਂ ਨਾ ਲੈ ਗਿਆ ਅੱਗੇ ਨੂੰ ਇਹਨੂੰ ਹੱਥ ਛਿੱਲੇ ਗਏ ਸਾੜ ਪੈਂਦਾ ਪਿਆ ਲੂਣ ਮਿਰਚਾਂ ਦਾ ਆ ਗਏ ਖੂਨ ਨਿਕਲਦਾ ਪਿਆ ਕੋਈ ਨਹੀਂ ਇਹਨਾਂ ਨੂੰ ਦੇ ਕੇ ਹਟਾਂਗੇ ਚਲੋ ਟੱਪ ਦੀ ਜਨਾ ਟੱਪ ਦੀ